ਜਿਹਨਾਂ ਨੂੰ ਬੰਦ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ, ਡੀ ਸੀ ਸਾਹਿਬ ਵੱਲੋਂ, ਐਸ ਡੀ ਐਮ ਸਾਹਿਬ ਵੱਲੋਂ, ਅਤੇ ਜਿਹੜੇ ਚੋਰ ਖੁੱਲ੍ਹੇ ਸੀਗੇ ਉਹਨਾਂ ਨੂੰ ਬੰਦ ਕਰਾਉਣ ਸੰਬੰਧੀ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਨੂੰ ਵਾਰਨ ਦੇ ਕੇ ਛੱਡਿਆ ਗਿਆ। ਕੋਈ ਦੁਕਾਨ ਨਹੀਂ ਖੁੱਲ੍ਹ ਸਕਦੀ, ਜੇ ਖੁੱਲ੍ਹ ਸਕਦੀ ਹੈ ਤਾਂ ਇਹ ਹੋਮ ਡਿਲੀਵਰੀ ਕਰ ਸਕਦੇ ਹੈ, ਪਰ ਇਹਨਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਸਾਹਮਣੇ ਬੰਦੇ ਬੁਲਾ ਕੇ ਉਹਨਾਂ ਨੂੰ ਕਰਿਆਨਾ ਦੇ ਰਹੇ ਸੀ ਜਾਂ ਗਰੋਸਰੀ ਦੇ ਰਹੇ ਸੀ। ਇਹਨਾਂ ਨੂੰ ਜਿਹੜੇ ਲਾਇਸੈਂਸ ਮਿਲੇ ਹੋਏ ਸੀਗੇ ਘਰ ਘਰ ਜਾ ਕੇ ਰਾਸ਼ਨ ਦੇਣ ਦੇ ਨੇ, ਲਾ ਕੇ ਦੁਕਾਨਾਂ ਖੋਲ੍ਹਣ ਉਹਨਾਂ ਦੇ, ਅਸੀਂ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਗਈ ਹੈ ਜਾਂ ਲੋਕਾਂ ਦੇ ਹੋਰਾਂ ਲੋਕਾਂ 'ਤੇ ਕੋਈ ਪ੍ਰੈਸ਼ਰ ਨਾ ਪੈ ਸਕੇ, ਕੋਈ ਬਿਮਾਰੀ ਨਾ ਫੈਲ ਸਕੇ ਇੱਕ ਦੂਜੇ 'ਤੇ। ਕੋਈ ਗੱਲ ਨਹੀਂ ਮਨੀ ਦੇ ਫਰੈਂਡ, ਕੋਈ ਨਹੀਂ ਅਸੀਂ ਕਿਹੜਾ ਕੋਈ ਹੋਰ ਬਾਹਰ ਨੇ ਮੰਗਵਾਇਆ ਨਹੀਂ ਹੋਊ ਥੋੜੀ ਜਿਹੀ ਨਹੀਂ ਠੀਕ ਹੈ ਸਰ ਨਹੀਂ ਬਿਲਕੁਲ ਯਾਰ ਗੱਡੀ ਨਹੀਂ ਪਾਇਆ ਸਰਦੀ ਗੱਲ ਸੁਣ ਲਓ ਹਾਂ ਸਰ ਤੂੰ ਪਾਸ ਲਿਆ ਪਹਿਲਾਂ, ਮੈਨੂੰ ਪਤਾ ਘਰ ਘਰ ਜਾ ਕੇ ਤੈਨੂੰ ਪਾਸ ਆ, ਨਾ ਕਿ ਦੁਕਾਨ ਖੋਲ੍ਹਣ ਦਾ। ਤੂੰ ਜਦੋਂ ਜਲੂਸ ਕੱਢਣ ਲੱਗਾ ਸਾਡਾ ਕਹਿਣਾ, ਤੂੰ ਕਹਿੰਦਾ ਵੀ ਪਾਸ ਆ ਮੇਰੇ ਕੋਲ, ਮੈਂ ਹੀ ਦਿੱਤੇ ਨੇ ਨਾ, ਫਿਰ ਤੈਨੂੰ ਕੁਛ ਟਾਈਟਲ ਲਿਖ ਕੇ ਦਿੱਤਾ ਸੀ ਪਾਸ ਹੀ ਮਾਬਰੇ ਘਰ ਗਿਆ ਸੀ ਸਾਢੇ 12 ਵਜੇ ਜਿਹੜੇ ਜਿਹਨਾਂ ਨੂੰ ਬੰਦ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ, ਡੀ ਸੀ ਸਾਹਿਬ ਵੱਲੋਂ, ਐਸ ਡੀ ਐਮ ਸਾਹਿਬ ਵੱਲੋਂ, ਅਤੇ ਜਿਹੜੇ ਚੋਰ ਖੁੱਲ੍ਹੇ ਸੀਗੇ ਉਹਨਾਂ ਨੂੰ ਬੰਦ ਕਰਾਉਣ ਸੰਬੰਧੀ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਨੂੰ ਵਾਰਨ ਦੇ ਕੇ ਛੱਡਿਆ ਗਿਆ। ਅੱਛਾ ਜੀ, ਮਤਲਬ ਇਹ ਸਟੋਰ ਖੋਲ੍ਹ ਸਕਦੇ ਸੀ ਕੋਈ ਲਾਇਸੈਂਸ ਨਹੀਂ ਮਿਲਿਆ? ਇਹਨਾਂ ਨੂੰ ਜਿਹੜੇ ਲਾਇਸੈਂਸ ਮਿਲੇ ਹੋਏ ਸੀਗੇ ਘਰ ਘਰ ਜਾ ਕੇ ਰਾਸ਼ਨ ਦੇਣ ਦੇ ਨੇ, ਲਾ ਕੇ ਦੁਕਾਨਾਂ ਖੋਲ੍ਹਣ ਦੇ। ਠੀਕ, ਡੀ ਸੀ ਸਾਹਿਬ ਦੇ ਹੁਕਮ ਨੇ, ਉਹਨਾਂ ਨੇ ਦੱਸਿਆ ਵੀ ਇਹ ਕੋਈ ਦੁਕਾਨ ਨਹੀਂ ਖੁੱਲ੍ਹ ਸਕਦੀ, ਜੇ ਖੁੱਲ੍ਹ ਸਕਦੀ ਹੈ ਤਾਂ ਇਹ ਹੋਮ ਡਿਲੀਵਰੀ ਕਰ ਸਕਦੇ ਹੈ, ਪਰ ਇਹਨਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਸਾਹਮਣੇ ਬੰਦੇ ਬੁਲਾ ਕੇ ਉਹਨਾਂ ਨੂੰ ਕਰਿਆਨਾ ਦੇ ਰਹੇ ਸੀ ਜਾਂ ਗਰੋਸਰੀ ਦੇ ਰਹੇ ਸੀ, ਕੁਛ ਵੀ ਸਮਾਨ ਘਰ ਦਾ ਦੇ ਰਹੇ ਸੀ, ਉਹਨਾਂ 'ਤੇ ਅਸੀਂ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਗਈ ਹੈ ਜਾਂ ਲੋਕਾਂ 'ਤੇ ਹੋਰਾਂ ਲੋਕਾਂ 'ਤੇ ਕੋਈ ਪ੍ਰੈਸ਼ਰ ਨਾ ਪੈ ਸਕੇ, ਕੋਈ ਬਿਮਾਰੀ ਨਾ ਫੈਲ ਸਕੇ ਇੱਕ ਦੂਜੇ 'ਤੇ, ਇਸ ਕਰਕੇ ਇਹਨਾਂ 'ਤੇ ਕਾਰਵਾਈ ਬਣਦੀ ਕਾਰਵਾਈ ਕੀਤੀ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ।